ਹਾਂਜੀ ਹਾਂਜੀ ਹਾਂਜੀ, ਮੇਰਾ ਨਾਂ ਅਮਰਜੀਤ ਹਣੀ, ਬੀਕੇ ਡਕਾਉਂਦਾ ਧਨੇਰ ਦੇ ਆਗੂ। ਸੰਯੁਕਤ ਮੋਰਚੇ ਦਾ ਸੱਦਾ ਕਿ ਭਾਰਤ ਦੇ ਵਿੱਚ ਬੀਜੇਪੀ ਦਾ ਵਿਰੋਧ ਕਰਨਾ, ਤੇ ਸੰਯੁਕਤ ਮੋਰਚੇ ਨੇ 11 ਸਵਾਲਾਂ ਦੀ ਸੂਚੀ ਅਸੀਂ ਤਿਆਰ ਕੀਤੀ ਆ। ਉਹ ਅੱਜ ਗੋਬਿੰਦਪੁਰਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ ਅਸੀਂ ਆ ਸੂਚੀ ਲਾਈ ਆ ਕਿ ਬੀਜੇਪੀ ਦੇ ਸਵਾਲਾਂ ਦਾ ਜਵਾਬ ਦੇ ਕੇ ਸ਼ੁਭਕਰਨ ਨੂੰ ਸ਼ਹੀਦ ਕਿਉਂ ਕੀਤਾ, ਸੜਕ ਤੇ ਕਿਲੋ ਕਿਉਂ ਕੱਢੇ, ਕਿਸਾਨਾਂ ਨੂੰ ਦਿੱਲੀ ਵਿੱਚ ਜਾਣ ਦਾ ਕਿਉਂ ਰੋਕਿਆ ਗਿਆ, MSP ਵਾਲੀ ਕਮੇਟੀ ਦਾ ਕੀ ਬਣਿਆ, ਲਖੀਣਪੁਰ ਖੀਰੀ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਿਆ, ਕਿਸਾਨਾਂ ਦੇ ਕਰਜ਼ੇ ਵਾਲੀ ਮੰਗ ਦਾ ਉਹਦਾ ਕੀ ਬਣਿਆ, ਇਹ ਤਮਾਮ ਮੰਗਾਂ ਜਿਹੜੀਆਂ 11 ਮੰਗਾਂ ਨੂੰ ਲੈ ਕੇ ਅਸੀਂ ਬੀਜੇਪੀ ਦਾ ਭਾਰਤ ਦੇ ਵਿੱਚ ਲਗਾਤਾਰ ਵਿਰੋਧ ਕਰ ਰਹੇ ਹਾਂ। ਜਿੱਥੇ ਬੀਜੇਪੀ ਜਾ ਰਹੀ ਆ ਉੱਥੇ ਅਸੀਂ ਵਿਰੋਧ ਕਰ ਰਹੇ ਹਾਂ। ਇਹ 11 ਸਵਾਲਾਂ ਦਾ ਜਵਾਬ ਮੰਗਣ ਦੀ ਖਾਤਰ ਪਿੰਡਾਂ ਦੇ ਵਿੱਚ ਅਸੀਂ ਫਲੈਕਸ ਲਾਇਆ ਤੇ ਬੀਜੇਪੀ ਦੇ ਆਗੂਆਂ ਨੂੰ ਸਵਾਲ ਪੁੱਛਣੇ ਆ ਕਿ ਦਿੱਲੀ ਦੇ ਵਿੱਚ ਜਾਣਾ ਕਿਸਾਨਾਂ ਦਾ ਬੰਦ ਕਿਉਂ ਆ, ਤੇ MSP ਕਮੇਟੀ ਦਾ ਕੀ ਬਣਿਆ, ਲਖੀਣਪੁਰ ਖੀਰੀ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਤੁਸੀਂ ਦੁਬਾਰੇ ਟਿਕਟ ਦੇ ਕੇ ਕਿਸਾਨਾਂ ਦੇ ਜ਼ਖਮਾਂ ਤੇ ਨੂਣ ਭੁੱਕਿਆ। ਇਹ ਤਮਾਮ ਮੰਗਾਂ ਨੂੰ ਲੈ ਕੇ ਭਾਰਤ ਪੱਧਰ ਦੇ ਵਿੱਚ ਬੀਜੇਪੀ ਦੇ ਖਿਲਾਫ ਸੰਘਰਸ਼ ਵਿੱਢਿਆ ਸੰਯੁਕਤ ਕਿਸਾਨ ਮੋਰਚੇ ਦਾ, ਤੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਨੂੰ ਡਕਾਉਂਦਾ ਧਨੇਰ ਧੜੇਕੇ ਨੂੰ ਲਗਾਤਾਰ ਪਿੰਡਾਂ ਦੇ ਵਿੱਚ ਫਲੈਕਸ ਲਾਏ ਜਾ ਰਹੇ ਆ। ਪਿੰਡਾਂ ਦੇ ਵਿੱਚ ਇਹ ਵੀ ਫਲੈਕਸ ਆ ਕਿ ਜੇ ਕਿਸਾਨਾਂ ਦਾ ਦਿੱਲੀ ਜਾਣਾ ਬੰਦਾ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ। ਅੱਜ ਅਸੀਂ ਗੋਬਿੰਦਪੁਰਾ ਦੇ ਵਿੱਚ ਫਲੈਕਸ ਲਾਇਆ ਕਿ 11 ਸਵਾਲਾਂ ਦਾ ਬੀਜੇਪੀ ਜਵਾਬ ਦੇਵੇ। ਹਾਂਜੀ, ਮੇਰਾ ਨਾਂ ਅਮਰਜੀਤ ਹਣੀ, ਬੀਕੇ ਡਕਾਉਂਦਾ ਧਨੇਰ ਦੇ ਆਗੂ। ਸੰਯੁਕਤ ਮੋਰਚੇ ਦਾ ਸੱਦਾ ਕਿ ਭਾਰਤ ਦੇ ਵਿੱਚ ਬੀਜੇਪੀ ਦਾ ਵਿਰੋਧ ਕਰਨਾ, ਤੇ ਸੰਯੁਕਤ ਮੋਰਚੇ ਨੇ 11 ਸਵਾਲਾਂ ਦੀ ਸੂਚੀ ਅਸੀਂ ਤਿਆਰ ਕੀਤੀ ਆ। ਉਹ ਅੱਜ ਗੋਬਿੰਦਪੁਰਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ ਅਸੀਂ ਆ ਸੂਚੀ ਲਾਈ ਆ ਕਿ ਬੀਜੇਪੀ ਦੇ ਸਵਾਲਾਂ ਦਾ ਜਵਾਬ ਦੇ ਕੇ ਸ਼ੁਭਕਰਨ ਨੂੰ ਸ਼ਹੀਦ ਕਿਉਂ ਕੀਤਾ, ਸੜਕ ਤੇ ਕਿਲੋ ਕਿਉਂ ਕੱਢੇ, ਕਿਸਾਨਾਂ ਨੂੰ ਦਿੱਲੀ ਵਿੱਚ ਜਾਣ ਦਾ ਕਿਉਂ ਰੋਕਿਆ ਗਿਆ, MSP ਵਾਲੀ ਕਮੇਟੀ ਦਾ ਕੀ ਬਣਿਆ, ਲਖੀਣਪੁਰ ਖੀਰੀ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਿਆ, ਕਿਸਾਨਾਂ ਦੇ ਕਰਜ਼ੇ ਵਾਲੀ ਮੰਗ ਦਾ ਉਹਦਾ ਕੀ ਬਣਿਆ। ਇਹ ਤਮਾਮ ਮੰਗਾਂ ਜਿਹੜੀਆਂ 11 ਮੰਗਾਂ ਨੂੰ ਲੈ ਕੇ ਅਸੀਂ ਬੀਜੇਪੀ ਦਾ ਭਾਰਤ ਦੇ ਵਿੱਚ ਲਗਾਤਾਰ ਵਿਰੋਧ ਕਰ ਰਹੇ ਹਾਂ। ਜਿੱਥੇ ਬੀਜੇਪੀ ਜਾ ਰਹੀ ਆ ਉੱਥੇ ਅਸੀਂ ਵਿਰੋਧ ਕਰ ਰਹੇ ਹਾਂ। ਇਹ 11 ਸਵਾਲਾਂ ਦਾ ਜਵਾਬ ਮੰਗਣ ਦੀ ਖਾਤਰ ਪਿੰਡਾਂ ਦੇ ਵਿੱਚ ਅਸੀਂ ਫਲੈਕਸ ਲਾਇਆ ਤੇ ਬੀਜੇਪੀ ਦੇ ਆਗੂਆਂ ਨੂੰ ਸਵਾਲ ਪੁੱਛਣੇ ਆ ਕਿ ਦਿੱਲੀ ਦੇ ਵਿੱਚ ਜਾਣਾ ਕਿਸਾਨਾਂ ਦਾ ਬੰਦ ਕਿਉਂ ਆ, ਤੇ MSP ਕਮੇਟੀ ਦਾ ਕੀ ਬਣਿਆ, ਲਖੀਣਪੁਰ ਖੀਰੀ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਤੁਸੀਂ ਦੁਬਾਰੇ ਟਿਕਟ ਦੇ ਕੇ ਕਿਸਾਨਾਂ ਦੇ ਜ਼ਖਮਾਂ ਤੇ ਨੂਣ ਭੁੱਕਿਆ। ਇਹ ਤਮਾਮ ਮੰਗਾਂ ਨੂੰ ਲੈ ਕੇ ਭਾਰਤ ਪੱਧਰ ਦੇ ਵਿੱਚ ਬੀਜੇਪੀ ਦੇ ਖਿਲਾਫ ਸੰਘਰਸ਼ ਵਿੱਢਿਆ ਸੰਯੁਕਤ ਕਿਸਾਨ ਮੋਰਚੇ ਦਾ, ਤੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਨੂੰ ਡਕਾਉਂਦਾ ਧਨੇਰ ਧੜੇਕੇ ਨੂੰ ਲਗਾਤਾਰ ਪਿੰਡਾਂ ਦੇ ਵਿੱਚ ਫਲੈਕਸ ਲਾਏ ਜਾ ਰਹੇ ਆ। ਪਿੰਡਾਂ ਦੇ ਵਿੱਚ ਇਹ ਵੀ ਫਲੈਕਸ ਆ ਕਿ ਜੇ ਕਿਸਾਨਾਂ ਦਾ ਦਿੱਲੀ ਜਾਣਾ ਬੰਦਾ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ। ਅੱਜ ਅਸੀਂ ਗੋਬਿੰਦਪੁਰਾ ਦੇ ਵਿੱਚ ਫਲੈਕਸ ਲਾਇਆ ਕਿ 11 ਸਵਾਲਾਂ ਦਾ ਬੀਜੇਪੀ ਜਵਾਬ ਦੇਵੇ। ਹਾਂਜੀ, ਮੇਰਾ ਨਾਂ ਅਮਰਜੀਤ ਹਣੀ, ਬੀਕੇ ਡਕਾਉਂਦਾ ਧਨੇਰ ਦੇ ਆਗੂ। ਸੰਯੁਕਤ ਮੋਰਚੇ ਦਾ ਸੱਦਾ ਕਿ ਭਾਰਤ ਦੇ ਵਿੱਚ ਬੀਜੇਪੀ ਦਾ ਵਿਰੋਧ ਕਰਨਾ, ਤੇ ਸੰਯੁਕਤ ਮੋਰਚੇ ਨੇ 11 ਸਵਾਲਾਂ ਦੀ ਸੂਚੀ ਅਸੀਂ ਤਿਆਰ ਕੀਤੀ ਆ। ਉਹ ਅੱਜ ਗੋਬਿੰਦਪੁਰਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ ਅਸੀਂ ਆ ਸੂਚੀ ਲਾਈ ਆ ਕਿ ਬੀਜੇਪੀ ਦੇ ਸਵਾਲਾਂ ਦਾ ਜਵਾਬ ਦੇ ਕੇ ਸ਼ੁਭਕਰਨ ਨੂੰ ਸ਼ਹੀਦ ਕਿਉਂ ਕੀਤਾ, ਸੜਕ ਤੇ ਕਿਲੋ ਕਿਉਂ ਕੱਢੇ, ਕਿਸਾਨਾਂ ਨੂੰ ਦਿੱਲੀ ਵਿੱਚ ਜਾਣ ਦਾ ਕਿਉਂ ਰੋਕਿਆ ਗਿਆ, MSP ਵਾਲੀ ਕਮੇਟੀ ਦਾ ਕੀ ਬਣਿਆ, ਲਖੀਣਪੁਰ ਖੀਰੀ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਿਆ, ਕਿਸਾਨਾਂ ਦੇ ਕਰਜ਼ੇ ਵਾਲੀ ਮੰਗ ਦਾ ਉਹਦਾ ਕੀ ਬਣਿਆ। ਇਹ ਤਮਾਮ ਮੰਗਾਂ ਜਿਹੜੀਆਂ 11 ਮੰਗਾਂ ਨੂੰ ਲੈ ਕੇ ਅਸੀਂ ਬੀਜੇਪੀ ਦਾ ਭਾਰਤ ਦੇ ਵਿੱਚ ਲਗਾਤਾਰ ਵਿਰੋਧ ਕਰ ਰਹੇ ਹਾਂ। ਜਿੱਥੇ ਬੀਜੇਪੀ ਜਾ ਰਹੀ ਆ ਉੱਥੇ ਅਸੀਂ ਵਿਰੋਧ ਕਰ ਰਹੇ ਹਾਂ। ਇਹ 11 ਸਵਾਲਾਂ ਦਾ ਜਵਾਬ ਮੰਗਣ ਦੀ ਖਾਤਰ ਪਿੰਡਾਂ ਦੇ ਵਿੱਚ ਅਸੀਂ ਫਲੈਕਸ ਲਾਇਆ ਤੇ ਬੀਜੇਪੀ ਦੇ ਆਗੂਆਂ ਨੂੰ ਸਵਾਲ ਪੁੱਛਣੇ ਆ ਕਿ ਦਿੱਲੀ ਦੇ ਵਿੱਚ ਜਾਣਾ ਕਿਸਾਨਾਂ ਦਾ ਬੰਦ ਕਿਉਂ ਆ, ਤੇ MSP ਕਮੇਟੀ ਦਾ ਕੀ ਬਣਿਆ, ਲਖੀਣਪੁਰ ਖੀਰੀ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਤੁਸੀਂ ਦੁਬਾਰੇ ਟਿਕਟ ਦੇ ਕੇ ਕਿਸਾਨਾਂ ਦੇ ਜ਼ਖਮਾਂ ਤੇ ਨੂਣ ਭੁੱਕਿਆ।
ਇੱਕ ਮਾਹ ਮੰਗਾਂ ਨੂੰ ਲੈ ਕੇ ਭਾਰਤ ਪੱਧਰ ਦੇ ਵਿੱਚ ਬੀਜੇਪੀ ਦੇ ਖਿਲਾਫ ਸੰਘਰਸ਼ ਵਿੱਢਿਆ ਸੰਯੁਕਤ ਕਿਸਾਨ ਮੋਰਚੇ ਦਾ ਤੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਨੂੰ ਡਕਾਉਂਦਾ ਧਨੇਰ ਧੜੇਕੇ ਨੂੰ ਲਗਾਤਾਰ ਪਿੰਡਾਂ ਦੇ ਵਿੱਚ ਫਲੈਕਸ ਲਾਏ ਜਾ ਰਹੇ ਆ। ਪਿੰਡਾਂ ਦੇ ਵਿੱਚ ਇਹ ਵੀ ਫਲੈਕਸ ਆ ਕਿ ਜੇ ਕਿਸਾਨਾਂ ਦਾ ਦਿੱਲੀ ਜਾਣਾ ਬਣਦਾ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ। ਅੱਜ ਅਸੀਂ ਗੋਬਿੰਦਪੁਰਾ ਦੇ ਵਿੱਚ ਫਲੈਕਸ ਲਾਇਆ ਕਿ 11 ਸਵਾਲਾਂ ਦਾ ਬੀਜੇਪੀ ਜਵਾਬ ਦੇਵੇ।